ਅਗਲੀ ਗੱਲ ਪੁੱਛੋ, ਡਿਪਟੀ ਸੀਐਮ ਬਣਨਾ ਭਾਈ ਸਰਕਾਰ ਕਾਂਗਰਸ ਤੇ ਐਨਸੀ ਦੀ ਬਣਨੀ ਹੈ ਤੇ ਸਾਰੇ ਲੋਕੀ ਪਤਾ ਕਿਸ ਲੋਕ ਕਰਦੇ ਹੈ ਚੌਧਰੀ ਸਾਹਿਬ ਕੰਢੀ ਚ ਲੜਨ ਨਹੀਂ ਚੌਧਰੀ ਸਾਹਿਬ ਨੇ ਇੱਥੋਂ ਉਦਘਾਟਨ ਕੀਤਾ ਇੱਥੋਂ ਐਮਐਲਏ ਬਣਾਏ ਨੇ ਅਸਰ ਤੇ ਇੱਥੇ ਸੀਐਮ ਬਣਾਉਣੇ ਮੈਂ ਪੁੱਛਣਾ ਚਾਹੁੰਦਾ ਕਿਸ ਲੋਕ ਆਖਦੇ ਚੌਧਰੀ ਸਾਹਿਬ ਨੇ ਇੱਥੇ ਕਿਸ ਨਹੀਂ ਬਣਾਇਆ ਭਾਈ ਕਿੱਥੋਂ ਸ਼ੁਰੂ ਕਰਾਂ ਉਸ ਜਗ੍ਹਾ ਦਾ ਸ਼ੁਰੂ ਕਰਾਂ ਮੁਸਹੋਲੀ ਦਾ ਸ਼ੁਰੂ ਕਰਾਂ ਜਾਂ ਮਾਨਪੁਰ ਦਾ ਸ਼ੁਰੂ ਕਰਾਂ ਜਾਂ ਕਠੂਆ ਦਾ ਸ਼ੁਰੂ ਕਰਾਂ ਮੁਸਹੋਲੀ ਦੇ ਅੰਦਰ ਅਟਲ ਸੇਤੂ ਜਿਹੜਾ ਹੈ ਉਹ ਚੌਧਰੀ ਸਾਹਿਬ ਦੀ ਦੇਣ ਹੈ ਔਰ ਪੰਜਾਬ ਕੀ ਤੇ ਜੰਮੂ ਕਸ਼ਮੀਰ ਕੀ ਇੱਕ ਦੂਆ ਰਸਤਾ ਜਿਹੜਾ ਹੈ ਚੌਧਰੀ ਸਾਹਿਬ ਨੇ ਦਿੱਤਾ ਬਸੋਰੀ ਚ ਬਲੱਡ ਬੈਂਕ ਬਣਾਏਗਾ ਉਹ ਚੌਧਰੀ ਸਾਹਿਬ ਦੀ ਦੇਣ ਹੈ ਮੈਂ ਕਿਹਾ ਭੂੜ ਬਲਾਕ ਤੋਂ ਅੱਠ ਪੀਐਸਸੀ ਜਿਹੜੀ ਬਣੀ ਦੀ ਉਹ ਚੌਧਰੀ ਸਾਹਿਬ ਦੀ ਦੇਣ ਹੈ ਮੈਂ ਕਿੰਨੇ ਕੰਮ ਗਲਾਂ ਜਿੰਦਰਾ ਜੀ ਪੀਐਸਸੀ ਬਣੀ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਚੌਧਰੀ ਸਾਹਿਬ ਦੀ ਦੇਣ ਹੈ ਹਾਈ ਸੈਕੰਡਰੀ ਪੂਰਨ ਬਣੀ ਉਹਦਾ ਸ਼ੀਤਲ ਨਗਰ ਨਾਂ ਰੱਖਿਆ ਚੌਧਰੀ ਸਾਹਿਬ ਨੇ ਰੱਖਿਆ ਲੋਕਾਂ ਇਹ ਗੱਲ ਨਹੀਂ ਭੁੱਲਣਾ ਚਾਹੀਦੀ ਮਾਨਪੁਰ ਕਾਲਜ ਬਣਿਆ ਬਿਨਾਂ ਤਹਿਸੀਲ ਦੇ ਕਾਲਜ ਦਿੱਤਾ ਚੌਧਰੀ ਸਾਹਿਬ ਨੇ ਦਿੱਤਾ ਮਾਨਪੁਰ ਟਰਾਮਾ ਸੈਂਟਰ ਬਣਿਆ ਤੇ ਚੌਧਰੀ ਸਾਹਿਬ ਨੇ ਦਿੱਤਾ ਪੀਐਸਸੀ ਬਣੀ ਤੇ ਚੌਧਰੀ ਸਾਹਿਬ ਨੇ ਹਾਈ ਸੈਕੰਡਰੀ ਮਾਨਪੁਰ ਚੌਧਰੀ ਸਾਹਿਬ ਨੇ ਦਿੱਤੀ ਤਹਿਸੀਲ ਮਾਨਪੁਰ ਚੌਧਰੀ ਸਾਹਿਬ ਨੇ ਦਿੱਤੀ ਬਲਾਕ ਮਾਨਪੁਰ ਚੌਧਰੀ ਸਾਹਿਬ ਨੇ ਤਾਂ ਕਿੰਨੇ ਕੰਮ ਬਣਾ ਲਏ ਮੈਂ ਤੁਸੀਂ ਕੀ ਕਿਆ ਗੱਲ ਕਰਾਉਣਾ ਚਾਹੁੰਦਾ ਕਿ ਭਾਈ ਅਸੀਂ ਚੌਧਰੀ ਸਾਹਿਬ ਕਰਨਾ ਇਸ ਗੱਲਾਂ ਚਲੇ ਇਸ ਗੱਲਾਂ ਛਾਤੀ ਧੋਈਏ ਚਲੇ ਆ ਕਿ ਚੁੱਟੀ ਕੀ ਬਦਲੀਏ ਤੇ ਸਟੈਂਡ ਬਣਾਉਣੀ ਆ ਇਸ ਗੱਲਾਂ ਮੈਂ ਤੁਹਾਡੇ ਲੋਕਾਂ ਨਾਲ ਸਾਰਾ ਦਾ ਸਾਥ ਚਾਹੁੰਦਾ ਕਿੰਨੇ ਲੋਕ ਹੱਥ ਖੜੇ ਕਰੀਏ ਦੱਸੋ ਜਿਹੜੇ ਜੂਟੀ ਚਾਹੁੰਦੇ ਨੇ ਜਿਹੜੇ ਸਟੈਂਡ ਚਾਹੁੰਦੇ ਨੇ ਅਸਾਂ ਮੰਗੀਆਂ ਨਹੀਂ ਲੈਣੀ ਅਸਾਂ ਡੰਡਾ ਜੋੜ ਲੈਣੀ ਹੈ ਚੌਧਰੀ ਸਾਹਿਬ ਦੀ ਜਿੱਤੋ ਉਹਦੇ ਬਾਅਦ ਮੈਂ ਇੱਕ ਚੀਜ਼ ਹੋਰ ਵੀ ਆਖਣਾ ਚਾਹੁੰਦਾ ਭਾਈ ਮੈਂ ਵੀ ਦੇਖਿਆ ਇਸ ਪਾਰਟੀ ਦੇ ਵਿੱਚ ਬੀਜੇਪੀ ਦੇ ਵਿੱਚ ਆਖਦੇ ਪਾਰਟੀ ਦੇ ਖਿਲਾਫ ਨਹੀਂ ਬੋਲਣਾ ਅਸੀਂ ਚੌਧਰੀ ਸਾਹਿਬ ਦੇ ਵੀ ਖਿਲਾਫ ਬੋਲਣਾ ਚੌਧਰੀ ਸਾਹਿਬ ਸ਼ਾਇਦ ਕੰਮ ਨਹੀਂ ਕਰਕੇ ਤਾਂ ਲੇਕਿਨ ਚੌਧਰੀ ਸਾਹਿਬ ਕਦੀ ਗਰੀਬਾਂ ਦੇ ਬਾਹਰ ਨਹੀਂ ਜਾ ਸਕਦੇ ਲੱਕਾ ਨਹੀਂ ਬੋਲਣਾ ਸਾਰੇ ਹੱਥਾਂ ਦਾ ਸਰਟੀਫਿਕੇਟ ਖੋਈ ਲਿਆ ਡੋਗਰਾ ਸਰਟੀਫਿਕੇਟ ਖੋਈ ਲਿਆ ਸਾਰੀ ਸਟੇਟ ਖੋਈ ਲਈ ਸਾਰਾ
ਮੁਰਖ ਖੋਲ ਲਿਆ ਤੇ ਅਸੀਂ ਲੋਕ ਲੱਡੂ ਵਰਤਾਂਦੇ। ਮੈਂ ਤੁਸੀਂ ਲੋਕਾਂ ਦੀ ਗੱਲ ਕਰਾਉਣਾ ਚਾਹੁੰਦਾ ਕਿ ਰਾਜ ਸਿੰਘ ਇੱਕ ਦਿਨ 24 ਸਾਲ ਦੇ ਬਰਖਾਲ ਲੱਖੇ ਲੜਦਾ ਹਾਂ। ਅੱਜ ਅਸਾਂ ਵਿਅਕਤੀਗਤ ਕੋਈ ਗੱਲ ਕੀਤੀ ਹੁੰਦੀ ਤੇ ਮੈਂ ਚੌਧਰੀ ਸਾਹਿਬ ਦੇ ਸਾਹਮਣੇ ਨਹੀਂ ਭੇਜ ਸਕਦਾ। ਮੈਂ ਇਹ ਗੱਲ ਕਰਾਉਣਾ ਚਾਹੁੰਦਾ ਕਿ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈ ਇਹ ਟੈਕਸ ਦੀ ਸਰਕਾਰ ਹੈ, ਟੈਕਸ ਦੀ ਸਰਕਾਰ ਹੈ, ਇਹ ਝੂਠੀ ਸਰਕਾਰ ਹੈ। ਜਿਤਨਾ ਝੂਠ ਦੋ ਉਤਨਾ ਹੀ ਸੱਚ। ਤੁਹਾਡੇ ਹਾਂ ਮਾਫੀ ਚਾਹ ਔਰ ਗੱਦੀ ਹੋਈ ਮੈਂ ਮਾਫੀ ਚਾਹ ਤੁਹਾਡੇ ਹਾਂ। ਜੈ ਹਿੰਦ, ਜੈ ਭਾਰਤ।